ਜਤਿੰਦਰ ਗੰਭੀਰ, ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹਾਂਗੀ ਕਿ ਸਾਡੇ ਨਿਰਦੋਸ਼ ਸਕੂਲ ਦੀ ਅੱਜ ਵੈਕੇਸ਼ਨਸ ਤੋਂ ਬਾਅਦ ਓਪਨਿੰਗ ਹੋਈ ਹੈ, ਤਾਂ ਉਹਦੇ ਉਪਲੱਖਸ਼ ਵਿੱਚ ਬੱਚਿਆਂ ਦੇ ਵੈਲਕਮ ਵਾਸਤੇ ਅਸੀਂ ਸੁਖਮਨੀ ਸਾਹਿਬ ਦਾ ਪਾਠ, ਤਾਂ ਕਿ ਸਾਰਾ ਸਾਲ ਅੱਛਾ ਉਹਨਾਂ ਦਾ ਬੀਤੇ ਔਰ ਅਸੀਂ ਉਹਨਾਂ ਵਾਸਤੇ ਵੀ ਬਹੁਤ ਕੁਝ ਅੱਛਾ ਕਰ ਪਾਈਏ। ਇਹ ਹਿੰਮਤ ਸਾਡੇ ਵਿੱਚ ਆਏ, ਸੁਖਮਨੀ ਸਾਹਿਬ ਦੇ ਪਾਠ ਦੀ ਮਾਨਤਾ ਹੀ ਹੈ ਕਿ ਉਹ ਇਹ ਸਾਰਾ ਕੁਝ ਸਾਡੇ ਵਿੱਚ ਭਰੇਗਾ ਔਰ ਅਸੀਂ ਉਹਨਾਂ ਵਾਸਤੇ ਕੁਝ ਅੱਛਾ ਕਰ ਪਾਵਾਂਗੇ। ਬੱਚੇ ਸਾਰੇ ਇੱਥੇ ਜਿਹੜੇ ਹੈਗੇ ਉਹ ਮੈਂਟਲ ਰਿਟਾਰਡਡ ਹੀ ਹੈਗੇ, ਉਹਨਾਂ ਦੀ ਦੇਖ ਰੇਖ ਉਹਨਾਂ ਦੀ ਸਾਰੀ ਅਸੀਂ ਕਰ ਪਾਈਏ, ਇਹੀ ਸਾਡੀ ਅੱਜ ਦੀ ਉਹ ਹੈ। ਔਰ ਇਹਦੇ ਵਿੱਚ ਅਸੀਂ ਅੱਜ ਬੱਚਿਆਂ ਨੂੰ ਸਟੇਸ਼ਨਰੀ ਵੰਡਾਂਗੇ।